ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ। ਅੱਜ ਦੀ ਵੀਡੀਓ ਉਹਨਾਂ ਕਿਸਾਨ ਵੀਰਾਂ ਲਈ ਖਾਸ ਹੋਣ ਵਾਲੀ ਆ ਜਿਹੜੇ ਮੇਰੇ ਭਰਾ ਆਪਣੇ ਖੇਤ ਵਿੱਚ ਬੋਰ ਕਰਾਉਣ ਬਾਰੇ ਸੋਚ ਰਹੇ ਆ, ਪਰ ਮਨ 'ਚ ਵਹਿਮ ਆ ਵੀ ਕੈਵਿਟੀ ਵਾਲਾ ਕਰਵਾਈਏ ਕਿ ਫਿਲਟਰ ਵਾਲਾ ਕਰਵਾਈਏ, ਡਿਗਰੀ ਵਾਲੀ ਮਸ਼ੀਨ ਨਾਲ ਸਹੀ ਰਹੂਗਾ ਕਿ ਵਰਮੇ ਵਾਲੀ ਮਸ਼ੀਨ ਨਾਲ ਸਹੀ ਰਹੂਗਾ, ਅਤੇ ਸਭ ਤੋਂ ਵੱਡੀ ਗੱਲ ਜਿਹੜੀ ਆ ਵੀ ਖਰਚਾ ਕੀ ਆਊਗਾ। ਅਤੇ ਮੈਂ ਆਪਣੀ ਇਸ ਵੀਡੀਓ ਵਿੱਚ ਬੋਰ ਕਰਨ ਤੋਂ ਲੈ ਕੇ ਮੋਟਰ ਪਾਉਣ ਤੱਕ ਏ ਟੂ ਜੈੱਡ ਕੀ ਖਰਚਾ ਆਇਆ ਆਪਣੇ ਸਾਰਾ ਦੱਸੂੰਗਾ ਇਸ ਵੀਡੀਓ ਦੇ ਵਿੱਚ। ਬਸ ਜੁੜੇ ਰਹੇ ਆਪਣੀ ਇਸ ਵੀਡੀਓ ਦੇ ਨਾਲ। ਆਪਣੇ ਜਿਨ੍ਹਾਂ ਦੀ ਮਸ਼ੀਨ ਲੱਗੀ ਹੋਈ ਆ, ਬਾਈ ਦਾ ਨਾਂ ਹੈਗਾ ਪੱਪੂ, ਪਿੰਡ ਔਲਖ ਅਤੇ ਜ਼ਿਲ੍ਹਾ ਫਰੀਦਕੋਟ ਆ, ਅਤੇ ਸਾਡੇ ਏਰੀਏ 'ਚ ਪੱਪੂ ਬੋਰਾਂ ਵਾਲੇ ਨਾਮ ਨਾਲ ਮਸ਼ਹੂਰ ਆ ਬਾਈ ਹੋਣੀ। ਅਤੇ ਅੱਜ ਦੇ ਟਾਈਮ 'ਚ ਬਾਈ ਉਹਨਾਂ ਕੋਲ 4 ਮਸ਼ੀਨਾਂ ਗੀਆਂ, ਅਤੇ 3 ਮਸ਼ੀਨਾਂ ਇਹਨਾਂ ਦੀਆਂ ਬਾਈ ਉਹਨਾਂ ਦੀਆਂ ਯੂਪੀ 'ਚ ਚੱਲ ਰਹੀਆਂ ਹੈਗੀਆਂ, ਅਤੇ ਚੌਥੀ ਮਸ਼ੀਨ ਅੱਜ ਆਪਣੇ ਖੇਤ ਦੇ ਵਿੱਚ ਆ ਗਈ ਆ। ਅਤੇ ਬਾਈ ਉਹਨਾਂ ਦਾ ਨੰਬਰ ਮੈਂ ਦੱਸ ਦਿੰਦਾ ਸਕਰੀਨ ਦੇ ਉੱਤੇ, ਤੁਸੀਂ ਕੰਟੈਕਟ ਕਰਨਾ ਜਾਂ ਬੋਰ ਕਰਵਾਉਣਾ ਤਾਂ ਬਾਈ ਉਹਨਾਂ ਨਾਲ ਗੱਲ ਕਰ ਸਕਦੇ ਹਾਂ। ਜੇ ਬਾਈ ਆਪਾਂ ਹੁਣ ਗੱਲ ਕਰੀਏ ਬੋਰ ਦੀ, ਬੋਰ ਆਪਣੇ ਪੰਜਾਬ 'ਚ ਬਾਈ 2 ਤਰ੍ਹਾਂ ਦੇ ਕੀਤੇ ਜਾਂਦੇ ਆ, ਇੱਕ ਤਾਂ ਫਿਲਟਰ ਵਾਲਾ ਬੋਰ ਅਤੇ ਦੂਜਾ ਕੈਵਿਟੀ ਵਾਲਾ। ਇਹਨਾਂ ਦੋਨਾਂ ਬੋਰਾਂ 'ਚ ਫਰਕ ਕੀ ਹੁੰਦਾ ਗਾ? ਫਰਕ ਇਹੀ ਆ ਬਸ, ਜਿਹੜਾ ਫਿਲਟਰ ਵਾਲਾ ਬੋਰ ਆ ਇਹਦੇ ਥੱਲੇ ਜਿਹੜੇ ਫਿਲਟਰ ਲੱਗੇ ਹੁੰਦੇ ਆ ਉਹਦੇ ਚਾਰੇ ਪਾਸੇ ਬੱਜਰੀ ਪਾ ਦਿੱਤੀ ਜਾਂਦੀ ਆ, ਅਤੇ ਜਿਹੜਾ ਹੁੰਦਾ ਗਾ ਕੈਵਿਟੀ ਵਾਲਾ ਬੋਰ ਉਹਦੇ 'ਚ ਇਕੱਲਾ ਸੈਂਪਲ ਫਿਲਟਰ ਹੁੰਦਾ। ਜਿਵੇਂ ਤੁਸੀਂ ਆਹ ਪਾਈਪਾਂ ਦੇਖ ਰਹੇ ਆ, ਇਹ ਫਿਲਟਰ ਆ, ਇਹਦੇ ਵਿੱਚ ਆ ਜਿਹੜੀਆਂ ਲਕੀਰਾਂ ਜਿਹੀਆਂ ਵੱਜੀਆਂ ਹੋਈਆਂ ਇਹਦੇ ਵਿੱਚ ਦੀ ਮੋਟਰ ਨੇ ਪਾਣੀ ਖਿੱਚਣਾ ਗਾ, ਬਸ ਇਹੀ ਇਕੱਲੀ ਸੈਂਪਲ ਪਾਈਪ ਪਾ ਦਿੱਤੀ ਜਾਂਦੀ ਆ। ਅਤੇ ਇਹਦੇ 'ਚ ਆਪਾਂ ਨੂੰ ਬੋਰ ਕਰਨ ਤੋਂ ਬਾਅਦ ਦੇ ਵਿੱਚ ਇਹ 'ਚ ਪੱਤਣ ਬਣਾਉਣਾ ਪੈਂਦਾ ਗਾ ਜਿਹੜਾ ਕੈਵਿਟੀ ਵਾਲਾ ਬੋਰ ਆ। ਅਤੇ ਪਰ ਜਿਹੜਾ ਫਿਲਟਰ ਵਾਲਾ ਬੋਰ ਆ ਇਹਦੇ 'ਚ ਆਪਾਂ ਨੂੰ ਪੱਤਣ ਬਣਾਉਣ ਦੀ ਲੋੜ ਨਹੀਂ ਪੈਂਦੀ ਗੀ, ਤੁਸੀਂ ਸਿੱਧੀ ਕੋਈ ਮੋਟਰ ਪਾ ਸਕਦੇ ਇਹਦੇ ਵਿੱਚ, ਉਹ ਆਪ ਹੀ ਆਪਣੀ ਮੋਟਰ ਨੇ ਹੀ ਪੱਤਣ ਬਣਾ ਦੇਣਾ ਗਾ। ਅਤੇ ਮੇਰੇ ਹਿਸਾਬ ਨਾਲ 4-5 ਘੰਟਾ ਚੱਲਣ ਤੋਂ ਬਾਅਦ 'ਚ ਪਾਣੀ ਵੀ ਸਾਫ਼ ਹੋ ਜਾਂਦਾ ਗਾ ਅਤੇ ਰੇਤਾ ਵੀ ਨਹੀਂ ਕਿੰਨੀ ਕੱਢਦੀ ਮੋਟਰ। ਸਭ ਤੋਂ ਪਹਿਲਾਂ ਬਾਈ ਦੱਸਦਾ ਵੀ ਆਪਾਂ ਕਿਹੜਾ ਬੋਰ ਕਰਵਾਇਆ ਗਾ। ਆਪਾਂ ਬਾਈ ਕਰਵਾਇਆ ਫਿਲਟਰ ਵਾਲਾ ਬੋਰ, ਅਤੇ 10 ਇੰਚੀ ਪਾਈਪਾਂ ਪਾਈਆਂ ਹੋਈਆਂ। ਇਹ ਜਿਹੜੀਆਂ ਪਾਈਪਾਂ ਬਾਈ ਤੁਸੀਂ ਦੇਖ ਰਹੇ ਹੋ ਫਾਈਬਰ ਦੀਆਂ ਪਾਈਪਾਂ, ਇਹਦਾ ਖਰਚਾ ਹੈਗਾ ਜੀ 245 ਰੁਪਈਏ ਫੁੱਟ। ਪਾਈਪਾਂ ਉਹਦੀਆਂ ਵਿੱਚ ਹੀ ਹੁੰਦੀਆਂ ਬੋਰ ਵਾਲੇ ਦੀਆਂ। ਦੂਜੀ ਗੱਲ ਕਰੀਏ, ਜਿਹੜੀ ਆਪਾਂ ਬੱਜਰੀ ਪਾਈ ਆ ਥੱਲੇ ਫਿਲਟਰਾਂ 'ਤੇ, ਉਹ ਬੱਜਰੀ ਆਪਾਂ ਖੁਦ ਮੰਗਵਾਈ ਸੀ, ਠੀਕ ਆ ਜੀ। ਜੇ ਤੁਸੀਂ ਖੁਦ ਨਹੀਂ ਮੰਗਵਾ ਸਕਦੇ, ਆਪ ਨਹੀਂ ਮੰਗਵਾ ਸਕਦੇ, ਤਾਂ ਤੁਸੀਂ ਬੋਰ ਵਾਲੇ ਨਾਲ ਗੱਲ ਕਰਕੇ ਉਨਾ ਕੁ ਬਾਈ ਖਰਚਾ ਵੱਧ ਜਾਊਗਾ, ਠੀਕ ਆ ਜੀ। ਜਿੱਥੇ ਹੁਣ ਮੰਨ ਕੇ ਚੱਲੋ ਵੀ 245 ਰੁਪਈਏ ਆ, ਉੱਥੇ 265 ਜਾਂ 270 ਹੋ ਜਾਣਗੇ, ਠੀਕ ਆ ਜੀ। ਬੋਰ ਕਰਨ ਵੇਲੇ ਬਾਈ ਤੁਹਾਨੂੰ ਪਾਣੀ ਦੀ ਮਿੰਟ ਮਿੰਟ ਬਾਅਦ ਲੋੜ ਪੈਂਦੀ ਆ, ਉਹਦੇ ਵਾਸਤੇ ਤੁਹਾਨੂੰ ਟੋਆ ਪੱਟਣਾ ਪੈਣਾ ਗਾ। ਆਪਾਂ JCB ਮਸ਼ੀਨ ਨਾਲ ਪਟਾਇਆ ਟੋਆ, ਇਹਦਾ ਖਰਚਾ ਤਕਰੀਬਨ 2500 ਰੁਪਈਆ ਆਇਆ ਗਾ। ਅਤੇ ਜੇ ਤੁਹਾਡੇ ਕੋਲ ਕੋਈ ਹੋਰ ਹੱਲ ਆ ਤੁਸੀਂ ਉਹ ਵੀ ਕਰ ਸਕਦੇ ਆ ਬਾਕੀ। ਅਤੇ ਦੂਜੀ ਗੱਲ, ਤੁਹਾਨੂੰ ਨੇੜੇ ਜਨਰੇਟਰ ਦਾ ਪ੍ਰਬੰਧ ਉਹ ਕਰਨਾ ਪੈਣਾ ਤੁਹਾਨੂੰ, ਹਰ ਘੰਟੇ ਬਾਅਦ ਪਾਣੀ ਦੀ ਲੋੜ ਆ, ਇਹ ਟੋਆ ਤੁਹਾਨੂੰ ਫੁੱਲ ਰੱਖਣਾ ਪੈਣਾ ਪਾਣੀ ਦੇ ਨਾਲ। ਹੁਣ ਬਾਈ ਮੈਂ ਦੱਸਦਾ ਵੀ ਆਪਣਾ ਇਕੱਲਾ ਬੋਰ 'ਤੇ ਕੀ ਖਰਚਾ ਆਇਆ। ਆਪਣਾ ਜਿਹੜਾ ਬੋਰ ਆ ਇਹ 572 ਫੁੱਟ 'ਤੇ ਹੋਇਆ ਗਾ, ਅਤੇ 44 ਪਾਈਪਾਂ ਪਈਆਂ ਆਹ ਜਿਹੜੀਆਂ ਫਾਈਬਰ ਦੀਆਂ ਆਈਆਂ, ਅਤੇ 13 ਫੁੱਟ ਦੀ ਇੱਕ ਪਾਈਪ ਹੁੰਦੀ ਆ ਇਹ, ਅਤੇ 1,40,000 ਰੁਪਈਆ ਇਕੱਲਾ ਇਹਦਾ ਬੋਰ ਦਾ ਖਰਚਾ ਆਇਆ। ਉਦੋਂ ਬਾਅਦ ਜਿਹੜੀ ਆਪਾਂ ਫਿਲਟਰਾਂ 'ਤੇ ਐਂਡ 'ਤੇ ਬੱਜਰੀ ਪਾਈ ਆ, ਉਹ ਟਰਾਲਾ ਬੱਜਰੀ ਦਾ ਪੈ ਜਾਂਦਾ ਜੀ, ਅਤੇ ਉਹ ਆਪਣਾ ਟਰਾਲਾ ਬੱਜਰੀ ਦਾ ਆਇਆ ਹੈਗਾ 12,000 ਦਾ। ਅਤੇ ਹੁਣ ਜੇ ਆਪਾਂ ਟੋਟਲ ਲਾਈਏ, 1,40,000 ਰੁਪਈਆ ਹੋ ਗਿਆ ਇਕੱਲੇ ਬੋਰ ਦਾ, ਅਤੇ 12,000 ਰੁਪਈਆ ਹੋ ਗਿਆ ਬੱਜਰੀ ਦਾ, ਅਤੇ 2500 ਰੁਪਈਆ ਹੋ ਗਿਆ ਆਪਣਾ ਟੋਏ ਦਾ ਜਿਹੜਾ ਆਪਾਂ JCB ਨਾਲ ਪਟਾਇਆ ਸੀ ਸ਼ੁਰੂ ਦੇ ਵਿੱਚ, ਠੀਕ ਆ ਜੀ। ਇਹਦਾ ਟੋਟਲ ਕੁੱਲ ਮਿਲਾ ਕੇ ਹੋ ਗਿਆ ਜੀ 1,54,500 ਰੁਪਈਆ। ਇਹ ਇਕੱਲਾ ਖਰਚਾ ਹੈਗਾ ਜੀ ਬੋਰ ਦਾ। ਹੁਣ ਤੁਹਾਨੂੰ ਮੈਂ ਅੱਗੇ ਚੱਲ ਕੇ ਦੱਸਦਾ ਵੀ ਆਪਾਂ ਮੋਟਰ ਕਿਹੜੀ ਪਾਈ ਆ, ਅਤੇ ਡਿਲੀਵਰੀ ਦਾ ਖਰਚਾ ਕੀ ਆਇਆ, ਅਤੇ ਪਾਈਪਾਂ ਕਿਹੜੀਆਂ ਪਾਈਆਂ ਹੈਗੀਆਂ, ਉਹ ਸਾਰਾ ਖਰਚਾ ਤੁਹਾਨੂੰ ਮੈਂ ਅੱਗੇ ਚੱਲ ਕੇ ਦੱਸ ਦਾਂਗਾ।
ਟਰਾਲੀਆਂ ਬਥੇਰੀਆਂ ਝੋਨੇ ਵਾਲੀਆਂ ਕੱਢੀਆਂ। ਜੇ ਬਾਈ ਗੱਲ ਕਰੀਏ ਹੁਣ ਆਪਾਂ ਮੋਟਰ ਦੀ, ਮੋਟਰ ਆਪਾਂ ਲਿਆਂਦੀ ਹੈਗੀ ਹੈ ਜੀ ਨਿਹਾਲ ਸਿੰਘ ਵਾਲੇ ਤੋਂ, ਨਿਹਾਲੇ ਵਾਲਾ ਵੀ ਕਹਿ ਦਿੰਦੇ ਆ। ਇੱਥੇ ਬਾਈ ਉਹਨਾਂ ਦੀ ਫਰਮ ਦਾ ਨਾਮ ਹੈਗਾ ਜੀ ਦਸ਼ਮੇਸ਼ ਇਲੈਕਟ੍ਰਿਕ ਵਰਕਸ। ਜ਼ਿਆਦਾਤਰ ਬਾਈ ਹੋਣੀ ਤਖਤੂਪੁਰੇ ਵਾਲੇ ਨਾਮ ਨਾਲ ਮਸ਼ਹੂਰ ਆ, ਅਤੇ ਬਾਈ ਹੋਣੀ ਨਵੀਆਂ ਮੋਟਰਾਂ ਵੀ ਬਣਾਉਂਦੇ ਆ, ਅਤੇ ਮੋਟਰਾਂ ਦੀ ਰਿਪੇਅਰ ਵੀ ਕਰਦੇ ਆ, ਅਤੇ ਨਾਲ ਨਾਲ ਪੁਰਾਣੀਆਂ ਮੋਟਰਾਂ ਸੇਲ ਵੀ ਕਰਦੇ ਆ। ਆਪਾਂ ਬਾਈ ਤਖਤੂਪੁਰੇ ਵਾਲਿਆਂ ਤੋਂ ਲਿਆਂਦੀ ਆ ਜੀ ਪੁਰਾਣੀ ਮੋਟਰ, 12.5 ਦੀ ਮੋਟਰ ਆ CRI ਦੀ। ਜਿਹੜੀ ਆਪਾਂ ਮੋਟਰ ਲਿਆਂਦੀ ਆ ਜੀ, ਇਹ ਆਪਾਂ ਨੂੰ ਪਈ ਹੈਗੀ 21,000 ਰੁਪਈਏ ਦੀ, ਅਤੇ ਨਾਲ ਨਾਲ ਬਾਈ ਉਹਨਾਂ ਨੇ ਗਰੰਟੀ ਵੀ ਦਿੱਤੀ ਆ ਵੀ ਜੇ ਪਟਾਕਾ ਮਾਰ ਜੇ ਜਾਂ ਕੋਈ ਪਾਣੀ ਘੱਟ ਹੋਵੇ ਜਾਂ ਕੋਈ ਹੋਰ ਕਮੀ ਹੋਵੇ ਤਾਂ ਇੱਥੇ ਸੈੱਟ ਜਾ ਜਾਓ ਅਤੇ ਆਪਦੇ ਪੈਸੇ ਲੈ ਜਾਇਓ ਜੀ, ਗੱਲ ਖਤਮ। ਠੀਕ ਆ ਜੀ। ਹੁਣ ਬਾਈ ਰਹਿ ਗਿਆ ਆਪਣਾ ਡਿਲੀਵਰੀ ਦਾ ਸਮਾਨ। ਆਪਾਂ ਪਾਇਆ ਬਾਈ 4 ਇੰਚੀ ਪੈਪ ਡਿਲੀਵਰੀ ਵਾਲਾ, 10 ਕਿਲੋ ਵੇਟ ਆ ਇਹਦਾ, ਕਿਸਾਨ ਕੰਪਨੀ ਦਾ ਗਾ, ਅਤੇ 1400 ਦਾ ਇੱਕ ਪੈਪ ਪਿਆ ਗਾ, ਅਤੇ ਆਪਾਂ ਪਾਏ ਆ 13 ਪੈਪ, 18,200 ਦੇ ਆਪਣੇ ਪਏ ਡਿਲੀਵਰੀ ਵਾਲੀਆਂ ਪਾਈਪਾਂ। ਠੀਕ ਆ ਜੀ। ਅਤੇ 6 mm ਤਾਰ ਪਾਈ ਆ ਜਿਹੜੀ 140 ਫੁੱਟ 50 ਰੁਪਈਏ ਦੇ ਹਿਸਾਬ ਨਾਲ 7,000 ਦੀ ਇਹ ਪਈ ਆ ਜੀ। ਸਟਾਰਟਰ ਲਾਇਆ ਆਪਾਂ ਬੋਪਾਰ ਆ ਇਹਦਾ, ਅਤੇ ਆਟੋਮੈਟਿਕ ਇਹਦੇ ਵਿੱਚ ਹੀ ਹੁੰਦਾ ਗਾ, ਦੂਜਾ ਇਹਦੇ 'ਤੇ ਆ ਸਕਰੀਨ ਜੀ ਲੱਗੀ ਹੁੰਦੀ ਆ, ਇਹਦੇ ਵਿੱਚ ਆਪਾਂ ਨੂੰ ਮੋਟਰ ਦੇ ਅੰਪੇਅਰ ਅੰਪੂਅਰ ਪਤਾ ਲੱਗ ਜਾਂਦੇ ਆ। ਠੀਕ ਆ ਜੀ। ਇਹ ਪਿਆ ਆਪਾਂ ਨੂੰ ਹੈਗਾ ਜੀ 4,000 ਦਾ। ਜੇ ਕੁੱਲ ਮਿਲਾ ਕੇ ਬਾਈ ਗੱਲ ਕਰੀਏ ਤਾਂ ਯਾਰ ਸਾਰਾ ਸੰਦ ਪਰਾਗਾ 34,000 ਅਤੇ 730 ਦਾ ਆਇਆ ਗਾ, ਅਤੇ 21,000 ਦੀ ਆਪਣੀ ਪੈ ਗਈ ਮੋਟਰ, ਅਤੇ ਟੋਟਲ ਇਹਦਾ ਹੋ ਗਿਆ ਜੀ 55,730 ਰੁਪਈਏ। ਬਾਕੀ ਮੈਂ ਬਾਈ ਯਾਰ ਰਸੀਦ ਦੀ ਫੋਟੋ ਪਾ ਦਿੰਦਾ ਗਾ, ਵੇਖ ਕੇ ਤੁਹਾਨੂੰ ਪਤਾ ਲੱਗ ਜੂਗਾ ਵੀ ਕਿਹੜਾ ਸਮਾਨ ਕਿੰਨੇ ਕਿੰਨੇ ਦਾ ਆਇਆ। ਠੀਕ ਆ ਜੀ। ਜੇ ਬਾਈ ਹੁਣ ਆਪਾਂ ਗੱਲ ਕਰੀਏ ਕੁੱਲ ਖਰਚੇ ਦੀ, ਬੋਰ ਕਰਨ ਤੋਂ ਲੈ ਕੇ ਮੋਟਰ ਪਾਉਣ ਤੱਕ, ਇਹ ਬਣਦਾ ਜੀ 2,10,000 ਰੁਪਈਆ 650 ਫੁੱਟ ਬੋਰ ਕਰਨ ਦਾ। ਇਹ ਬੋਰ ਆਪਾਂ ਜੀ December 2023 'ਚ ਕਰਵਾਇਆ ਗਾ। ਬਾਕੀ ਬਾਈ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਆ ਜੋ। ਧੰਨਵਾਦ ਬਾਈ ਸਾਰਿਆਂ ਦਾ।